ਅਸੀਂ ਦੇਖੋ ਸਭ ਨੂੰ ਪਤਾ ਜੀ, ਅਸੀਂ ਉਹਨੂੰ ਕਹਿ ਚੁੱਕੇ ਹਾਂ ਭਾਈ ਸਾਹਿਬ ਵੀ ਕਈ ਵਾਰੀ ਨਾ ਗਰੂਰ ਦੇ ਘੋੜੇ 'ਤੇ ਜਦੋਂ ਬੰਦਾ ਚੜਿਆ ਹੁੰਦਾ, ਇੱਕ ਦੇਖੋ ਸੰਗਰੂਰ, ਅਗਰ ਸਾਂ ਪਾਸੇ ਕਰ ਦਿਉ ਤਾਂ ਪਿੱਛੇ ਗਰੂਰ ਬਚਦਾ। ਹੁਣ ਸਾਂ ਤਾਂ ਖੜਾ ਆ, ਸੱਚੇ ਪਾਤਸ਼ਾਹ ਦੀ ਬਰਕਤ ਆ ਖੜੀ ਹੈ, ਉੱਥੇ ਗਰੂਰ ਹੈ ਉਹਦੇ ਕੋਲ। ਅਸੀਂ ਉਹਦੇ ਗਰੂਰ ਨੂੰ ਕਿਹਾ ਸੀ ਇਹਨੂੰ ਨੀਵਾਂ ਕਰ ਲੈ ਵੀਰ, ਕਿਉਂਕਿ ਜਿਹੜੇ ਜ਼ਿਆਦਾ ਧੌਣਾ ਚੱਕਦੇ ਨੇ ਵੱਡੇ ਜਾਂਦੇ ਨੇ। ਅਸੀਂ ਭਗਵੰਤ ਮਾਨ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਨੱਕ ਰਗੜ ਕੇ ਮਾਫ਼ੀ ਮੰਗਸ, ਅਤੇ ਇਹ ਕਹਿੰਦੇ ਤੂੰ ਪੰਜਾਬ ਦੇ ਆਵਾਮ ਦਾ ਸਾਥੀ ਬਣ। ਭਗਵੰਤ ਮਾਨ, ਤੈਨੂੰ ਜੁਲਾਈ 2016 'ਚ ਵੀ ਮੈਂ ਆਇਆ ਸੀ ਤੇਰੇ ਕੋਲ ਦਰਬਾਰ ਸਾਹਿਬ ਦੀ ਪਰਿਕਰਮਾ 'ਚ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਖੜ ਜਾ ਇੱਥੇ ਸਰੋਵਰ ਕੰਢੇ ਬਾਈ, ਆਪਾਂ ਹਾਰ ਜਾਣਾ। ਉਹ ਮੈਂ ਕਿਹਾ ਸੱਚੇ ਬੰਦੇ ਨਾ ਕੱਢ, ਗਾਂਧੀ ਨੂੰ ਜੋੜ ਲੈ। ਭਗਵੰਤ ਮਾਨ ਨੂੰ ਸੰਗਰੂਰ 'ਚ ਰਵਾਇਤੀ ਪਾਰਟੀਆਂ ਨੇ ਤਾਂ ਨਹੀਂ ਪਰ ਨਵੇਂ ਬਣੇ ਗੱਠਜੋੜ ਨੇ ਜ਼ਰੂਰ ਘੇਰਾ ਪਾ ਲਿਆ ਏ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਮਾਨ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ, ਜਿਨ੍ਹਾਂ ਨੇ ਕਿਹਾ ਕਿ ਮਾਨ ਪੰਜਾਬੀਆਂ ਦਾ ਬਣ ਕੇ ਰਹਿ, ਨਾ ਕਿ ਦਿੱਲੀ ਵਾਲਿਆਂ ਦਾ, ਕਿਉਂਕਿ ਭਗਵੰਤ ਮਾਨ ਨੂੰ ਪੰਜਾਬ ਦੀ ਆਵਾਮ ਨੇ ਵੋਟ ਪਾਈ ਹੈ। ਉੱਥੇ ਬੈਂਸ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋਣ ਦਾ ਕਾਰਨ ਵੀ ਦੱਸਿਆ। ਹੋ ਗਈ ਉਸ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ, ਇਸ ਕਰਕੇ ਜੱਸੀ ਜਸਰਾਜ ਸੰਗਰੂਰ ਦੇ ਕ੍ਰਾਂਤੀਕਾਰੀ ਵੋਟਰਾਂ ਦੇ ਪਲੇਟਫਾਰਮ ਤੇ ਲੈ ਕੇ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਨੂੰ ਦੱਸੋ ਕਿਸ ਚੀਜ਼ ਦੀ ਮਾਫ਼ੀ ਮੰਗਾਂ ਮੈਂ ਕਿਉਂ ਮਾਫ਼ੀ ਮੰਗਾਂ ਜਸਰਾਜ? ਨਹੀਂ, ਅਸੀਂ ਭਗਵੰਤ ਮਾਨ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਨੱਕ ਰਗੜ ਕੇ ਮਾਫ਼ੀ ਮੰਗਸ, ਤੇ ਇਹ ਕਹਿੰਦੇ ਤੂੰ ਪੰਜਾਬ ਦੇ ਆਵਾਮ ਦਾ ਸਾਥੀ ਬਣ, ਪੰਜਾਬੀਆਂ ਦਾ ਸਾਥੀ ਬਣ। ਤੈਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ, ਤੈਨੂੰ ਦਿੱਲੀ ਵਾਲਿਆਂ ਨੇ ਵੋਟਾਂ ਨਹੀਂ ਪਾਈਆਂ। ਮੇਰਾ ਵੀ ਤਾਂ ਅਲਾਇੰਸ ਸੀ ਲੋਕ ਇਨਸਾਫ਼ ਪਾਰਟੀ ਦਾ, ਅਲਾਇੰਸ ਸੀ ਆਮ ਆਦਮੀ ਪਾਰਟੀ ਨਾਲ, ਅਲਾਇੰਸ ਤੋੜਿਆ ਜਿੱਦਣ ਅਰਵਿੰਦ ਕੇਜਰੀਵਾਲ ਜੀ ਨੇ ਮਜੀਠੀਆ ਨੂੰ ਕਲੀਨ ਚਿੱਟ ਚਿੱਟੇ ਦੇ ਕੇਸਾਂ ਦੇ ਵਿੱਚੋਂ ਦਿੰਦੇ ਹੋਏ ਮਾਫ਼ੀ ਮੰਗੀ ਹੈ। ਉਹੀ ਅਰਵਿੰਦ ਕੇਜਰੀਵਾਲ ਜਿਹੜੇ ਬਾਦਲਾਂ ਦੇ ਮਾਫ਼ੀਏ ਨੂੰ ਫੜਨ ਦੀਆਂ ਗੱਲਾਂ ਕਰਦੇ ਸੀ, ਅੱਜ ਸਾਡੀ ਵੋਲਵੋ ਜਿਹੜੀ ਏਅਰਪੋਰਟ 'ਤੇ ਬੱਸ ਜਾਂਦੀ ਆ, ਅੱਜ ਉਹ ਫਟਫਟ ਥਾਣਿਆਂ 'ਚ, ਅਤੇ ਇੰਡੋ ਕਨੇਡੀਅਨ ਬਾਦਲਾਂ ਦੀ ਜਿਹੜੀ ਉਸ ਕੇਜਰੀਵਾਲ ਸਾਹਿਬ ਦੀ ਛਤਰਛਾਇਆ ਦੇ ਵਿੱਚ ਪੰਜਾਬੀਆਂ ਨੂੰ ਲੁੱਟ ਰਹੀ ਹੈ। ਸੋ ਅਸੀਂ ਮਾਫ਼ੀ ਮੰਗਣ ਨੂੰ ਵੀ ਭਗਵੰਤ ਮਾਨ ਨੂੰ ਕਹਿੰਦੇ, ਅਸੀਂ ਕਹਿੰਦੇ ਹਾਂ ਤੈਨੂੰ ਪੰਜਾਬ ਦੇ ਵੋਟਰ ਨੇ ਜਿਤਾਇਆ, ਤੈਨੂੰ ਪੰਜਾਬੀਆਂ ਨੇ ਜਿਤਾਇਆ, ਤੂੰ ਪੰਜਾਬ ਦਾ ਬਣ ਕੇ ਰਹਿ, ਤੂੰ ਜਿਹੜਾ ਦਿੱਲੀ ਵਾਲਿਆਂ ਦਾ ਬਣ ਕੇ ਚੱਲਿਆ ਹੈ, ਤੁਸੀਂ ਇਹ ਤਾਂ ਮੈਂ ਕਹਿੰਦਾ ਤੁਸੀਂ ਕਿਸੇ ਸੋਸ਼ਲ ਸਾਈਟ ਜਿਹੜੀ ਨਿਆਂ ਕਰਨ ਵਾਲੀ ਕਿਸੇ ਸਾਈਟ 'ਤੇ ਪਾ ਕੇ ਦੇਖ ਲਓ, ਤੁਹਾਨੂੰ ਉੱਥੇ ਲੋਕਾਂ ਦਾ ਰੁਝਾਨ ਕੀ ਮਿਲੇਗਾ? ਭਗਵੰਤ ਮਾਨ ਜੀ ਪੰਜਾਬੀਆਂ ਤੋਂ ਵੋਟਰ ਤੋਂ ਅਭਾਵ ਨਹੀਂ ਹੈਗੇ, ਉਹ ਪੰਜਾਬੀਆਂ ਤੋਂ ਥੱਲੇ ਹੈਗੇ ਆ। ਸੋ ਪੰਜਾਬੀਆਂ ਨੇ ਫੈਸਲਾ ਦੇਣਾ, ਸਾਨੂੰ ਪੂਰਨ ਆਸ ਆ ਕਿ ਪੰਜਾਬੀ ਨਿਆਂ ਕਰਨਗੇ। ਅਕਾਲੀ ਦਲ ਬਾਰੇ ਕੀ ਕਹਿਣਾ? ਅਕਾਲੀ ਦਲ ਅਤੇ ਬੀਜੇਪੀ ਦੀ ਪੰਜਾਬ ਦੇ ਅੰਦਰੋਂ ਸਮਾਪਤੀ ਹੈ। ਪੈਸੇ ਦੇ ਬਲਬੂਤੇ ਦੇ ਉੱਤੇ ਮੈਨੇਜਡ ਸ਼ੋਅ ਹੋ ਰਹੇ ਆ, ਪੈਸੇ ਦੇ ਬਲਬੂਤੇ ਦੇ ਉੱਤੇ ਲੋਕਾਂ ਨੂੰ ਲਾਲਚ ਦੇ ਕੇ ਇਕੱਠੇ ਕੀਤਾ ਜਾ ਰਿਹਾ। ਮੈਂ ਇੱਕ ਗੱਲ ਤੁਹਾਨੂੰ ਮੋਟੀ ਜਿਹੀ ਕਹਿ ਦਿਆਂਗਾ, ਸੁਰਜੀਤ ਬਰਨਾਲਾ ਦੀ ਸਰਕਾਰ ਤੋਂ ਚੰਦ ਮਹੀਨੇ ਬਾਅਦ ਬਰਨਾਲਾ ਅਕਾਲੀ ਦਲ ਦਾ ਪੰਜਾਬ ਦੇ ਅੰਦਰੋਂ ਸਫਾਇਆ ਅਤੇ ਭੋਗ ਪੈ ਗਿਆ ਸੀ। ਤੁਸੀਂ 2019 ਦੇ ਰਿਜ਼ਲਟ ਆ ਲੈਣ ਦਿਓ। ਇਹ ਗੱਲ ਜਿਹੜੀ ਅਕਾਲੀ ਦਲ ਸੁਖਵੀਰ ਸੈਨਾ ਪੰਜਾਬ ਦੇ ਵਿੱਚੋਂ ਬੋਰੀਆ ਬਿਸਤਰਾ ਪੱਕੇ ਤੌਰ 'ਤੇ ਗੋਲ ਹੋਊਗਾ ਇਹਨਾਂ ਦਾ। ਜਸਰਾਜ ਨੂੰ ਜਿਤਾਉਣ ਲਈ ਲੈ ਕੇ ਆਏ ਹੋ ਜਾਂ ਸਿਰਫ ਭਗਵੰਤ ਮਾਨ ਨੂੰ ਹਰਾਉਣ? ਬ੍ਰਦਰ, ਇੱਦਾਂ ਤੁਸੀਂ ਜੋ ਮਰਜ਼ੀ ਕਹਿ ਲਓ, ਨਾ ਤੁਸੀਂ ਫੈਸਲਾ ਕਰਨਾ ਨਾ ਮੈਂ ਕਰਨਾ, ਇਹ ਵੋਟਰ ਨੇ ਫੈਸਲਾ ਕਰਨਾ ਵੀ ਜਸਰਾਜ ਜਿੱਤਣ ਲਈ ਆਇਆ ਜਾਂ ਮੁਕਾਬਲੇ ਲਈ ਆਇਆ। ਚੋਣ ਮੈਦਾਨ ਦੇ ਵਿੱਚ ਹਰ ਬੰਦਾ ਆਪਣਾ ਪੱਖ ਰੱਖਦਾ, ਜੇ ਉਹਦੇ ਪੱਖ ਨੂੰ ਵੋਟਰ ਪਸੰਦ ਕਰਦਾ ਤਾਂ ਵੋਟ ਪਾਉਂਦਾ, ਨਾ ਫੈਸਲਾ ਉਹ ਮੀਡੀਆ ਨੇ ਕਰਨਾ, ਨਾ ਸਿਮਰਜੀਤ ਬੈਂਸ ਨੇ ਕਰਨਾ, ਨਾ ਪੀਡੀਏ ਨੇ ਕਰਨਾ, ਇਹ ਵੋਟਰ ਨੇ ਕਰਨਾ। ਵੋਟਰ 'ਤੇ ਛੱਡ ਦਈਏ, ਜੋ ਫੈਸਲਾ ਆਊਗਾ ਉਹ ਖਿੜੇ ਮੱਥੇ ਪ੍ਰਵਾਨ ਆ। ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਦੁਬਾਰਾ ਸਾਰਿਆਂ ਨੂੰ, ਮੈਂ ਉਹ ਪਹਿਲਕਦਮੀ ਦਾ ਸਵਾਗਤ ਕਰਦਾ, ਬਹੁਤ ਚੰਗਾ ਉਹਨਾਂ ਨੇ ਇਨੀਸ਼ੀਏਟਿਵ ਲਿਆ, ਪਰ ਉਹ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਪਹਿਲਾਂ ਅਪਰੂਵਲ ਲੈ ਲੈਣ, ਕਿਉਂਕਿ ਆਪਣੇ ਕੋਲ ਪਿਛੋਕੜ ਪਤਾ ਆਪਾਂ ਨੂੰ ਵੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਜੁੰਡਲੀ ਹੈਗੀ ਆ ਉਹ ਪੰਜਾਬ ਦੇ ਲੀਡਰਾਂ ਦੀ ਕਿੰਨੀ ਕੁ ਸੁਣਦੀ ਹੈ, ਕਿੰਨੀ ਕੁ ਮੰਨਦੀ ਹੈ।
ਮੈਂ ਉਹਨਾਂ ਦੇ ਇਸ ਕਦਮ ਦਾ ਸਵਾਗਤ ਕਰਦਾ, ਪਰ ਉਹ ਅਰਵਿੰਦ ਕੇਜਰੀਵਾਲ ਸਾਹਿਬ ਕੋਲੋਂ ਪਹਿਲਾਂ ਇਸ ਗੱਲ ਦੀ ਪ੍ਰਵਾਨਗੀ ਜ਼ਰੂਰ ਲੈਣ ਤਾਂ ਕਿ ਬਾਅਦ ਦੇ ਵਿੱਚ ਕੋਈ ਹਾਸੋਹੀਣੀ ਸਥਿਤੀ ਪੈਦਾ ਨਾ ਹੋਵੇ। ਇਸ ਦੇ ਨਾਲ ਹੀ ਜੱਸੀ ਜਸਰਾਜ ਨੇ ਆਪਣੇ ਪੁਰਾਣੇ ਸਾਥੀ ਉੱਤੇ ਕਰੋੜਾਂ ਦਾ ਫੰਡ ਖਾਣ ਦੇ ਇਲਜ਼ਾਮ ਲਗਾਏ ਨੇ। ਸਾਡੀ ਤਾਂ ਮੇਨ ਚੁਣੌਤੀ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜੀ, ਅਤੇ ਚਾਹੇ ਢੀਂਡਸਾ ਪਰਿਵਾਰ ਹੋਵੇ, ਸੰਗਰੂਰ ਵਾਸੀਆਂ ਨੂੰ ਫਿਰ ਭਗਵੰਤ ਮਾਨ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਸੀ ਪੈਣੀ ਜੇ ਢੀਂਡਸਾ ਪਰਿਵਾਰ ਨੇ ਕੁਛ ਕੀਤਾ ਹੁੰਦਾ ਜਾਂ ਕੇਵਲ ਢਿੱਲੋਂ ਜਾਂ ਰਜਿੰਦਰ ਕੌਰ ਭੱਠਲ ਨੇ ਕੁਛ ਕੀਤਾ ਹੁੰਦਾ। ਉਹਨਾਂ ਨੇ ਢੀਂਡਸਾ ਪਰਿਵਾਰ ਵੀ ਦੇਖ ਲਿਆ, ਰਜਿੰਦਰ ਕੌਰ ਭੱਠਲ, ਕੇਵਲ ਢਿੱਲੋਂ, ਹੈ ਨਾ, ਮਹਾਰਾਜਾ ਅਮਰਿੰਦਰ ਸਿੰਘ ਜੀ ਗੁਟਕੇ ਦੀ ਸਹੁੰ ਵੀ ਦੇਖ ਲਈ, ਅਕਾਲੀਆਂ ਵੱਲੋਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇਖ ਲਈ, ਨਿਹੱਥੀਆਂ ਸੰਗਤਾਂ 'ਤੇ ਗੋਲੀਆਂ ਚੱਲਦੀਆਂ ਦੇਖ ਲਈਆਂ, ਇੰਨਾ ਕੁਛ ਸਾਡੇ ਲੋਕ ਦੇਖ ਚੁੱਕੇ ਨੇ। ਔਰ ਜਿਹੜਾ ਸੰਗਰੂਰ ਹੈ, ਮੈਂ ਕੰਪਲੀਮੈਂਟ ਕਰਨਾ ਚਾਹੁੰਦਾ ਸੰਗਰੂਰ ਦੇ ਲੋਕਾਂ ਨੂੰ, ਸਾਰਿਆਂ ਨੂੰ, ਪੋਲੀਟੀਕਲੀ ਸਭ ਤੋਂ ਮੈਚਿਓਰ ਲੋਕ ਸਭਾ ਆ ਹੈ ਜੀ। ਦੇਖੋ, ਇੱਕ ਇਹ ਲੋਕਾਂ ਕਰਕੇ ਸੰਗਰੂਰ ਹੌਟ ਸੀਟ ਹੈ, ਇੱਥੋਂ ਦੇ ਲੋਕਾਂ ਨੂੰ ਕੰਪਲੀਮੈਂਟ ਕਰਨਾ ਚਾਹੀਦਾ। ਜਿਹੜੇ ਕੋਈ ਪਹਿਲਾਂ ਹੁਣ ਤੱਕ ਰਾਜ ਕਰ ਚੁੱਕੇ ਨੇ, ਹੁਣ ਮੌਜੂਦਾ ਸੰਸਦ ਜਿਹੜੇ ਰਹੇ ਨੇ ਭਗਵੰਤ ਮਾਨ, ਉਹਨਾਂ ਦਾ ਆਚਰਣ ਸੰਗਰੂਰ ਵਾਸੀਆਂ ਤੋਂ ਲੁਕਿਆ ਨਹੀਂ। ਸੋ ਉਹਨਾਂ ਨੂੰ ਵੀ ਲੋਕ ਦੇਖ ਚੁੱਕੇ ਨੇ ਵੀ ਬਾਈ, ਗੱਲਾਂ ਵੱਡੀਆਂ ਵੱਡੀਆਂ ਸੀ, ਜਿਹੜਾ ਬੰਦਾ ਇੱਕ ਪਰਿਵਾਰ ਨੂੰ ਇਕੱਠਾ ਨਹੀਂ ਰੱਖ ਪਾਇਆ, ਸੰਗਰੂਰ ਨੂੰ ਕਿੱਥੋਂ ਇਕੱਠਾ ਰੱਖ ਲੂ। ਦੇ ਹੈਵ ਸੀਨ ਹਿਜ਼ ਕਰੈਕਟਰ। ਔਰ ਉਮੀਦ ਹੈ ਕਿ ਜਦੋਂ ਜਿਹੜੇ ਕਹਿੰਦੇ ਆ ਵੀ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਆਪਣੇ ਇਲਾਕੇ ਦੇ ਵਿੱਚ ਆਜ਼ਾਦ ਵੀ ਚੁਣੇ ਜਾਂਦੇ ਆ, ਸਰਦਾਰ ਬਲਵਿੰਦਰ ਸਿੰਘ ਜੀ ਬੈਂਸ ਆਜ਼ਾਦ ਵੀ ਚੁਣੇ ਜਾਂਦੇ ਆ, ਉੱਥੇ ਕੋਈ ਵੀ ਗੁੰਡਾ ਅਨਸਰ ਹੈ ਜਿਹੜਾ, ਜਾਂ ਨਸ਼ੇੜੀ ਨਸ਼ੇ ਵੇਚਣ ਵਾਲੇ ਲੋਕ ਨੇ, ਜਾਂ ਫਿਰ ਜਿਹੜੇ ਕੋਈ ਕਰਪਸ਼ਨ ਕਰਨ ਵਾਲੇ ਪੁਲਿਸ ਵਾਲੇ ਨੇ, ਉਹ ਬਾਈ ਜੀ ਕਹਿੰਦੇ ਜਿਹਦੀ ਜੁੱਤੀ ਕਾਇਮ ਹੋਵੇ ਨਾ, ਅਤੇ ਉਹ ਡਰਦੇ ਨੇ ਅਫਸਰ ਵੀ ਯਾਰ ਕਿਤੇ ਕੋਈ ਸਟਿੰਗ ਨਾ ਕਰ ਲੇ, ਕਿਤੇ ਸਿਮਰਜੀਤ ਸਿੰਘ ਬੈਂਸ ਆਪ ਨਾ ਆ ਜੇ। ਉਹੋ ਜਿਹੀ ਨਿਧੜਕ ਆਗੂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੇ, ਜਿਹੜੇ ਫੈਕਟਸ 'ਤੇ ਮੁੱਦੇ ਚੱਕਦੇ ਨੇ, ਔਰ ਜਿਨ੍ਹਾਂ ਨੇ ਆਪਣੇ ਦਮ 'ਤੇ ਅੱਜ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਸਾਰਿਆਂ ਨੂੰ ਇਕੱਠੇ ਕਰਕੇ ਦਿੱਤੀ ਹੈ। ਸੋ ਡਾਕਟਰ ਧਰਮਵੀਰ ਗਾਂਧੀ, ਉਹਨਾਂ ਦੀ ਤਾਰੀਫ ਸਾਰਾ ਸੰਗਰੂਰ ਜਾਣਦਾ, ਕਿਉਂਕਿ ਇੱਥੋਂ ਦੀ ਬਹੁਤ ਸਾਰੇ ਪੇਸ਼ੈਂਟ ਉਹਨਾਂ ਕੋਲ ਜਾਂਦੇ ਆ, ਅਤੇ ਉਹਨਾਂ ਨੇ ਜਿਹੜੀ ਡਾਕਟਰ ਧਰਮਵੀਰ ਗਾਂਧੀ, ਬਿਕੋਜ਼ ਉਹਨਾਂ ਤੋਂ ਵੱਡੀ ਰਿਸਰਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੈ, ਪੜ੍ਹਾਈ ਤਾਂ ਪੂਰੀ ਸੂਰੀ ਹੋਣੀ ਨਾ ਇਹਨਾਂ ਦੀ, ਨਾ ਪ੍ਰਕਾਸ਼ ਸਿੰਘ ਬਾਦਲ ਦੀ ਹੈ, ਨਾ ਕਿਸੇ ਹੋਰ ਦੀ ਹੈ। ਇੱਕ ਡਾਕਟਰ ਅਗਰ ਕਹਿੰਦਾ ਆ ਕਿ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ, ਕਿਉਂਕਿ ਡਾਕਟਰ ਰਿਕਮੈਂਡ ਕਰ ਰਿਹਾ, ਬਿਕੋਜ਼ ਉਹ ਮਰੀਜ਼ਾਂ ਦੀ ਸਾਈਕੋਲੋਜੀ ਪੜ੍ਹ ਲੈਂਦਾ ਡਾਕਟਰ। ਸੋ ਜੇ ਉਹ ਕਹਿੰਦੇ ਆ, ਅਸੀਂ ਤਾਂ ਪੁਰਜ਼ੋਰ ਫੁੱਲ ਚੜ੍ਹਾਵਾਂਗੇ ਕਿ ਯੈਸ, ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। 48 ਘੰਟੇ 'ਚ ਅਸੀਂ ਦੇਖੋ, ਮੀਡੀਆ ਨੇ ਵੀ ਉਹਨਾਂ ਤੱਕ ਖਬਰ ਪਹੁੰਚਾਈ ਹੈ ਸਾਡੀ, ਸਾਡਾ ਫਰਜ਼ ਬਣਦਾ, ਕਿਉਂਕਿ ਇਹੀ ਪੱਗਾਂ ਵਾਲੇ ਅਸੀਂ ਅਕਸਰ ਨਾ, ਅਸੀਂ ਪੰਜਾਬੀ ਲੋਕ ਹਾਰੇ ਕਿਉਂ ਹਾਂ, ਕਿਉਂਕਿ ਲੀਡਰਾਂ 'ਚ ਏਕਤਾ ਨਹੀਂ ਮਿਲੀ। ਆਮ ਆਦਮੀ ਪਾਰਟੀ ਹਾਰੀ ਕਿਉਂ ਹੈ, ਕਿਉਂਕਿ ਲੀਡਰਾਂ 'ਚ ਏਕਤਾ ਨਹੀਂ ਸੀ, ਫੁੱਟ ਸੀ, ਪਰ ਉਹਦਾ ਮੇਜਰ ਕਾਰਨ ਸਰਦਾਰ ਭਗਵੰਤ ਸਿੰਘ ਮਾਨ ਸੀ। ਸਾਡਾ ਫਰਜ਼ ਬਣਦਾ ਆ ਕਿ ਗਲਤੀਆਂ ਹੋ ਜਾਂਦੀਆਂ ਨੇ ਲੋਕਾਂ ਤੋਂ, ਵੀ ਭਾਈ ਦਰਬਾਰ ਸਾਹਿਬ ਤੋਂ ਉਹਨੂੰ ਅਲਟੀਮੇਟਮ ਦਿੱਤਾ ਸੀ ਵੀ 48 ਘੰਟੇ ਨੇ ਤੇਰੇ ਕੋਲ, ਬਾਅਦ 'ਚ ਇਹ ਨਾ ਕਿਹੋ ਕਿ ਭਾਈ ਤੈਨੂੰ ਹਰਾਉਣ ਲਈ ਅਸੀਂ ਆਏ ਹਾਂ, ਨਾ, ਅਸੀਂ ਸੰਗਰੂਰ ਨੂੰ ਜਿਤਾਉਣ ਲਈ ਆਏ ਹਾਂ, ਸੰਗਰੂਰ ਰਾਹੀਂ ਪੰਜਾਬ ਨੂੰ ਜਿਤਾਉਣ ਲਈ ਆਏ ਹਾਂ, ਅਤੇ ਪੰਜਾਬ ਰਾਹੀਂ ਇਸ ਦੇਸ਼ ਨੂੰ ਜਿਤਾਉਣ ਲਈ ਆਏ ਹਾਂ। ਉਹ ਬਿਨਾਂ ਸੋਚ ਤੋਂ ਬੋਲਿਆ ਬੋਲ ਵੀ ਮਹਿੰਗਾ ਪੈ ਜਾਂਦਾ, ਬਹੁਤੀਆਂ ਆਕੜਾਂ ਵਾਲਾ ਬੰਦਾ ਇਕੱਲਾ ਰਹਿ ਜਾਂਦਾ, ਉਹ ਬਹੁਤੀਆਂ ਆਕੜਾਂ ਵਾਲਾ ਬੰਦਾ ਇਕੱਲਾ ਰਹਿ ਜਾਂਦਾ। ਦਰਬਾਰ ਸਾਹਿਬ ਜਾ ਕੇ ਕਹਿ ਵੀ ਜਿਹੜਾ NRI ਦਾ ਫੰਡ ਹੈ ਉਹ ਕਿੱਥੇ, ਹੁਣ ਤਾਂ ਵਿਆਜ ਲਾ ਕੇ 2,000 ਕਰੋੜ ਬਣ ਗਿਆ ਹੋਣਾ, ਹੁਣ ਐਵੇਂ ਕਹੀ ਜਾਣਾ ਵੀ ਫੰਡ ਨਹੀਂ ਹੈਗਾ, ਹੁਣ ਗਰੀਬ ਜਿਹਾ ਬਣਦਾ, ਕਿੱਥੇ ਪੈਸੇ ਲੱਗੇ ਆ। ਆਪ ਤਾਂ ਕਹਿੰਦਾ ਹੁੰਦਾ ਸੀ
ਲੋਕੀ ਤੇਲ ਪਵਾਉਂਦੇ ਨੇ ਜੀ ਸਿੰਗਲੇ ਤੋਂ, ਲੋਕੀ ਤੇਲ ਪਵਾਉਂਦੇ ਨੇ ਢੀਂਡਸੇ ਤੋਂ, ਰੈਲੀਆਂ 'ਚ ਮੇਰੀਆਂ 'ਚ ਆ ਜਾਂਦੇ ਨੇ, ਇਹਦਾ ਮਤਲਬ ਤੇਲ ਦਾ ਖਰਚਾ ਤੇਰਾ ਹੋਇਆ ਨਹੀਂ। ਝਾੜੂ ਵਾਲੇ ਦਾਰੂ ਮੰਗਦੇ ਨਹੀਂ ਸੀ, ਠੀਕ ਹੈ, ਜਿਹੜਾ ਵਲੰਟੀਅਰ ਸੀ ਅੱਜ ਉਹੀ ਖੜਾ ਸਾਰਾ ਵਲੰਟੀਅਰ ਹੈ। ਇਹ ਵਿਚਾਰਿਆਂ ਨੇ ਤਾਂ ਆਪਣੇ ਲੀਡਰ ਆਪਣੇ ਆਪ ਨੂੰ ਸੋਚ ਲੈਂਦਾ ਮੈਂ ਮੇਰੇ ਕਰਕੇ, ਉਹ ਇੰਨਾ ਹੀ ਕਮਲਿਓ ਇਹਨਾਂ ਕਰਕੇ ਆ ਲਓ ਇਹ ਨੇ। ਜੱਸੀ ਜਸਰਾਜ ਨੇ ਸੰਗਰੂਰ ਸੀਟ ਦਾ ਕਿਉਂ ਚੁਣਾ, ਜੱਸੀ ਜਸਰਾਜ ਨੇ ਸੰਗਰੂਰ ਤੋਂ ਹੀ ਸੀਟ ਕਿਉਂ ਚੋਣ ਲੜਨਾ ਚਾਹੁੰਦਾ? ਨਹੀਂ, ਇਹ ਦੇਖੋ ਕੁਦਰਤ ਦੀ, ਮੈਂ ਤਾਂ ਵਿਧੀ 'ਤੇ ਉਸ ਕੁਦਰਤ 'ਤੇ ਵਿਸ਼ਵਾਸ ਕਰਦਾ, ਵਾਹਿਗੁਰੂ 'ਤੇ ਮੇਰਾ ਅਥਾਹ ਵਿਸ਼ਵਾਸ ਹੈ। ਜਦੋਂ ਪਹਿਲੀ ਵਾਰੀ ਚੋਣ ਲੜਾਈ, ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਤਾਂ ਦਿੱਤਾ ਸੀ ਬਾਦਲਾਂ ਦੇ ਗੜ੍ਹ ਮੁੱਖ ਮੰਤਰੀ ਦੇ ਡੈਨ ਦੇ ਵਿੱਚ, ਉਹਦੀ ਗੁਫਾ ਦੇ ਵਿੱਚ ਜਿੱਥੇ ਉਹ ਰਾਜ ਕਰਦੇ ਨੇ ਬਦਮਾਸ਼ੀ ਦਾ ਅਤੇ ਗੁੰਡਾਗਰਦੀ ਦਾ। ਅਗਰ ਦਾਤੇ ਨੇ ਉੱਥੇ ਥਾਪੜਾ ਦਿੱਤਾ, ਉੱਥੇ ਵੀ ਨਿਡਰ ਹੋ ਕੇ ਲੜੇ ਹਾਂ, ਅਤੇ ਅੱਜ ਜੇਕਰ ਸੰਗਰੂਰ ਹੈ, ਇੱਥੇ ਮੇਰਾ ਸਹੁਰਾ ਪਰਿਵਾਰ ਹੈ, ਸੰਗਰੂਰ ਨੇ ਮੈਨੂੰ ਇੱਕ ਬਹੁਤ ਹੀ ਪਿਆਰੀ ਮੇਰੀ ਵਾਈਫ ਦਿੱਤੀ ਹੈ, ਜਿਹਨੇ ਮੇਰੇ ਵਰਗੇ, ਜਿਹਨੂੰ ਮੈਨੂੰ ਲੋਕ ਕਹਿੰਦੇ ਜਜ਼ਬਾਤੀ ਅਤੇ ਸੈਂਟੀਮੈਂਟਲ ਜਿਹਾ ਆਦਮੀ ਹੈ, ਪਰਿਵਾਰ ਵੀ ਰੋਲ ਲਿਆ ਨੇ, ਉਹ ਫਿਰ ਵੀ ਥੰਮ ਬਣ ਕੇ ਖੜੀ ਹੈ। ਮੈਂ ਸੰਗਰੂਰ ਦਾ ਰਿਣੀ ਹੈ ਇਸ ਧਰਤੀ ਦਾ ਕਿ ਮੈਨੂੰ ਇੰਨੀ ਚੰਗੀ ਵਾਈਫ ਦਿੱਤੀ। ਮੇਰੀ ਛੋਟੀ ਬੇਟੀ ਹੁਣੀ ਹਾਲੇ 20 ਮਾਰਚ ਨੂੰ ਬਾਹਰ ਗਈ ਹੈ, ਆਪਣੀ ਮਾਂ ਨੂੰ 1.5 ਸਾਲ ਬਾਅਦ ਮਿਲੀ ਹੈ। ਸੋ ਸੰਗਰੂਰ ਦਾ ਮੈਂ ਦੇਣਾ ਦੇ ਹੀ ਨਹੀਂ ਸਕਦਾ। ਸਰ, ਇੱਕ ਫੋਟੋਆਂ ਲੈ ਕੇ ਤੁਸੀਂ ਆਏ ਸੀਗੇ ਭਗਵੰਤ ਮਾਨ ਨੂੰ, ਕਿਹਾ ਸੀ ਮਾਫ਼ੀ ਮੰਗੋ, ਉਹਨਾਂ ਨੇ ਉਹ ਕਹਿੰਦੇ ਵੀ ਮੈਂ ਕਿਸ ਚੀਜ਼ ਦੀ ਮਾਫ਼ੀ ਮੰਗਾਂ, ਵੀ ਮੈਨੂੰ ਕਲੀਅਰ ਕਰੋ ਵੀ ਕਿਸ ਚੀਜ਼ ਦੀ ਮਾਫ਼ੀ ਮੰਗਾਂ। ਅਸੀਂ ਦੇਖੋ ਸਭ ਨੂੰ ਪਤਾ ਜੀ, ਅਸੀਂ ਉਹਨੂੰ ਕਹਿ ਚੁੱਕੇ ਹਾਂ ਭਾਈ ਸਾਹਿਬ, ਵੀ ਕਈ ਵਾਰੀ ਨਾ ਗਰੂਰ ਦੇ ਘੋੜੇ 'ਤੇ ਜਦੋਂ ਬੰਦਾ ਚੜਿਆ ਹੁੰਦਾ, ਇੱਕ ਦੇਖੋ ਸੰਗਰੂਰ, ਅਗਰ ਸਾਂ ਪਾਸੇ ਕਰ ਦਿਉ ਤਾਂ ਪਿੱਛੇ ਗਰੂਰ ਬਚਦਾ। ਹੁਣ ਸਾਂ ਤਾਂ ਖੜਾ ਆ, ਸੱਚੇ ਪਾਤਸ਼ਾਹ ਦੀ ਬਰਕਤ ਆ ਖੜੀ ਹੈ, ਉੱਥੇ ਗਰੂਰ ਹੈ ਉਹਦੇ ਕੋਲ। ਅਸੀਂ ਉਹਦੇ ਗਰੂਰ ਨੂੰ ਕਿਹਾ ਸੀ ਇਹਨੂੰ ਨੀਵਾਂ ਕਰ ਲੈ ਵੀਰ, ਕਿਉਂਕਿ ਜਿਹੜੇ ਜ਼ਿਆਦਾ ਧੌਣਾ ਚੱਕਦੇ ਨੇ ਵੱਡੇ ਜਾਂਦੇ ਨੇ। ਤੋ ਉਹਨੂੰ ਬਹੁਤ ਬੇਨਤੀ ਵੀ ਕੀਤੀ, ਟੈਕਸਟ ਮੈਸੇਜ ਵੀ ਕੀਤੇ, ਉਹਨੂੰ ਈਮੇਲਾਂ ਵੀ ਪਹੁੰਚਾਈਆਂ ਉਹਦੇ ਤੱਕ, ਅਤੇ ਬਾਈ ਜੀ ਉਹਨੂੰ ਫੋਟੋਆਂ ਵੀ ਦਿਖਾਈਆਂ ਵੀ ਦਰਬਾਰ ਸਾਹਿਬ ਤੋਂ ਭਗਵੰਤ ਮਾਨ, ਤੈਨੂੰ ਜੁਲਾਈ 2016 'ਚ ਵੀ ਮੈਂ ਆਇਆ ਸੀ ਤੇਰੇ ਕੋਲ ਦਰਬਾਰ ਸਾਹਿਬ ਦੀ ਪਰਿਕਰਮਾ 'ਚ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਖੜ੍ਹ ਜਾ ਇੱਥੇ ਸਰੋਵਰ ਕੰਢੇ ਬਾਈ, ਆਪਾਂ ਹਾਰ ਜਾਣਾ। ਉਹ ਮੈਂ ਕਿਹਾ ਸੱਚੇ ਬੰਦੇ ਨਾ ਕੱਢ, ਗਾਂਧੀ ਨੂੰ ਜੋੜ ਲੈ। ਮੈਂ ਕਿਹਾ ਕਿਉਂ ਕੱਢੀ ਜਾ ਰਹੇ ਹੋ ਬਾਈ, ਅਕਾਲੀਆਂ ਕਾਂਗਰਸੀਆਂ ਨੇ ਜ਼ਿਆਦਾ ਦੇਰ ਤੁਹਾਡੇ ਕੋਲ ਰਹਿਣਾ ਨਹੀਂ, ਜਿਨ੍ਹਾਂ ਨੂੰ ਤੁਸੀਂ ਪਾਪੀਆਂ ਨੂੰ ਲੈ ਕੇ ਸਾਡੀ ਇਹ ਜਿਹੜੀ ਰੈਵੋਲਿਊਸ਼ਨ ਹੈ ਇਹਦਾ ਕਤਲ ਕਰਨ ਜਾ ਰਹੇ ਹੋ। ਉਹ ਤਾਂ ਮੈਂ ਤੈਨੂੰ ਥੋੜ੍ਹੀ ਨਾ ਕੁਛ ਕਿਹਾ, ਮੈਂ ਕਿਹਾ ਇਹ ਲਿਖਿਆ ਜਾਊਗਾ ਇਤਿਹਾਸ ਦੇ ਵਿੱਚ ਕਿ ਪਰਿਕਰਮਾ ਦੇ ਵਿੱਚ, ਮੈਂ ਤੇਰੇ, ਮੈਂ ਆਹ ਗੱਲ ਕਹੀ ਹੈ ਕਿ ਪਰਿਕਰਮਾ 'ਚ, ਮੈਂ ਕਿਹਾ ਇਤਿਹਾਸ ਲਿਖੀ ਜਾਣੀ ਹੈ ਇਹ ਗੱਲ ਕਿ ਮੈਂ ਤੇਰੀ ਪਰਿਕਰਮਾ 'ਚ ਐਂ ਕਰਕੇ ਮਿਹਨਤ ਕਰਦਾ ਸੀ ਬਾਈ, ਖੜ ਜਾ, ਹਾਰ ਜਾਂਗੇ, ਤੂੰ ਨਹੀਂ ਹਾਰੇਗਾ, ਮੈਂ ਨਹੀਂ ਹਾਰੂੰਗਾ, ਉਹ ਕਮਲਿਆ ਪੰਜਾਬ ਹਾਰਜੂ, ਸਾਡਾ ਅੱਜ ਹਾਰਜੂ, ਸਾਡਾ ਕੱਲ੍ਹ ਹਾਰਜੂ। ਬਾਈ ਜੀ ਉਹਨੂੰ ਜਮ੍ਹਾਂ ਤਰਸ ਨਹੀਂ ਆਇਆ, ਉਹ ਤੋਂ ਗਾਂ ਮੈਨੂੰ ਲੱਗਦਾ 500 ਫੁੱਟ ਅੱਗੇ ਕੇਜਰੀਵਾਲ ਚੱਲ ਰਿਹਾ ਸੀ, ਕੇਜਰੀਵਾਲ ਨੂੰ ਫੜਿਆ। ਮੈਂ ਕੇਜਰੀਵਾਲ ਸਾਹਿਬ ਖੜ ਜਾਓ, ਇੱਥੇ ਸਾਡੇ ਸਿੱਖਾਂ ਦੀ, ਸਾਡੇ ਪੰਜਾਬੀਆਂ ਦੀ ਪਾਰਲੀਮੈਂਟ ਹੈ ਅਕਾਲ ਤਖ਼ਤ, ਇੱਕ ਵਾਰੀ ਗਲਤ ਪ੍ਰੂਵ ਕਰ ਦਿਉ ਕਿ ਸਾਡੇ ਕਸੂਰ ਕੀ ਨੇ। ਉਹ ਅਰੇ ਦਿੱਲੀ ਬਾਤ ਕਰੇਂਗੇ ਜੱਸੀ, ਆਪ ਤੋਂ ਹਮਾਰੇ ਆਪਣੇ ਹੋ। ਮੈਂ ਕਿਹਾ ਆਪਣੇ ਤਾਂ ਹੈਗੇ ਹਾਂ, ਦਿੱਲੀ ਕਿਉਂ ਗੱਲ ਕਰਾਂਗੇ, ਇੱਥੇ ਗੱਲ ਕਰ, ਪ੍ਰੂਵ ਕਰ ਸਾਰੀ ਦੁਨੀਆ ਨੂੰ ਕਿ ਕਿਉਂ ਝਟਕਾ ਰਹੇ ਹਾਂ ਸੱਚ ਨੂੰ। ਉਹ ਮੈਂ ਕਿਹਾ ਹਾਰ, ਅਰੇ ਯਾਰ ਜੱਸੀ ਜੀ ਆਪ ਤੋਂ, ਉਹਨੂੰ ਲੱਗਿਆ ਵੀ ਇਹ ਕਿੱਥੋਂ ਆ ਗਿਆ, ਮੇਰੇ ਜੰਮ ਪਿੱਛੇ ਪੈ ਗਿਆ। ਬਾਈ ਜੀ ਸਾਰਾ ਘੇਰਾ ਤੋੜ ਕੇ ਉਹਦੀ ਸੁਰੱਖਿਆ ਦਾ ਬਾਂਹ ਫੜ ਲਈ ਸੀ, ਕਿਹਨੇ ਤਾਕਤ ਦਿੱਤੀ? ਦਾਤੇ ਨੇ। ਉਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਸੀ, ਉਹਨਾਂ ਨੂੰ ਵੀ ਕਿਹਾ, ਉਹਨਾਂ ਨੇ ਵੀ ਹੱਠ 'ਚ ਜਵਾਬ ਦਿੱਤਾ। ਉਹ ਦਾਤਾ ਦੇਖ ਰਿਹਾ ਸੀ ਦੁਪਹਿਰੇ, ਤਿੰਨਾਂ ਲੀਡਰਾਂ ਨੇ, ਦਿੱਗਜ ਨੇ ਠੋਕਰ ਮਾਰੀ, ਜੱਸੀ ਜਸਰਾਜ ਜਿਹੜਾ ਆਮ ਆਦਮੀ ਪਾਰਟੀ ਲਈ ਸਭ ਤੋਂ ਔਖੀ ਸੀਟ ਲੜਿਆ ਅਤੇ ਦਿੱਲੀ ਜਿਤਾ ਕੇ ਆਇਆ ਸੀ, ਸਾਡੀ ਕਦਰ ਨਹੀਂ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਇੱਥੇ ਚੀਸ ਨਿਕਲੀ ਬਾਈ ਜੀ,
ਉਹ ਚੀਜ਼ ਫਿਰ ਦਾਤੇ ਦੇ ਦਰ ਤੇ ਪਹੁੰਚ ਗਈ, ਉੱਥੇ ਘੰਟੀ ਖੜਕੀ, ਦਾਤਾ ਕਹਿੰਦਾ ਕੋਈ ਗੱਲ ਨਹੀਂ ਜੱਸੀ ਮੈਂ ਹੈਗਾ। ਤੁਸੀਂ ਕਹਿਣਾ ਚਾਹੁੰਦੇ ਭਗਵੰਤ ਮਾਨ ਨੇ ਪਾਰਟੀ ਨੂੰ ਖਤਮ ਕਰਨਾ? ਬਾਈ ਜੀ ਸਾਰੇ ਹੀ ਇਹ ਜਿੰਨੇ ਸੀਗੇ ਹੱਠ ਗਰੂਰ, ਉਸੇ ਸ਼ਾਮ ਨੂੰ ਯੂਥ ਦਾ ਮੈਨੀਫੈਸਟੋ ਲਾਂਚ ਕੀਤਾ ਇਹਨਾਂ ਨੇ 50,000 ਦਾ ਇਕੱਠ, ਦਰਬਾਰ ਸਾਹਿਬ 'ਚ ਮੈਨੂੰ ਠੋਕਰ ਮਾਰੀ ਅਤੇ ਉਸੇ ਦਰਬਾਰ ਸਾਹਿਬ ਦੀ ਫੋਟੋ 'ਤੇ ਝਾੜੂ ਲਾਤਾ ਉਹ ਦਿਨ। ਉਸ ਤੋਂ ਬਾਅਦ ਦੇਖ ਲਓ ਮਹੀਨੇ ਬਾਅਦ ਛੋਟੇਪੁਰ ਬਾਹਰ ਪਾਰਟੀ ਦਾ ਗ੍ਰਾਫ ਹੋਰ ਥੱਲੇ, ਉਸ ਤੋਂ ਬਾਅਦ ਟਿਕਟਾਂ ਵਿਕੀਆਂ ਸਾਰੇ ਪਾਸੇ ਰੌਲਾ ਹੋਰ ਥੱਲੇ। ਬਾਈ ਸੰਜੇ ਦੁਰਗੇਸ਼ ਲੁੱਟ ਕੇ ਲੈ ਗੱਡ ਕੇ, ਮਨੀਸ਼ ਸਿਸੋਦੀਆ ਸਾਹਿਬ ਕਹਿੰਦੇ ਹੋ ਸਕਦਾ ਹੈ ਕੇਜਰੀਵਾਲ ਹੀ ਇੱਥੇ ਸੀਐਮ ਹੋਵੇ, ਪੰਜਾਬੀ ਕਹਿੰਦੇ ਫਿਰ ਅਸੀਂ ਵੋਟਾਂ ਭਾਈ ਤੁਹਾਡੇ ਦਿੱਲੀ ਵਾਲੇ। ਇਹ ਦੇਖੋ ਭਗਵੰਤ ਮਾਨ ਐਮ ਪੀ ਸੰਗਰੂਰ ਦਾ, ਸੰਗਰੂਰ ਵਾਸੀਆਂ ਨੂੰ ਕਹਿਣਾ ਐਮ ਪੀ ਸੰਗਰੂਰ ਦਾ, ਐਮ ਐਲ ਏ ਵੀ ਮੈਂ ਹੀ ਬਣੂੰਗਾ, ਐਮ ਪੀ ਵੀ ਮੈਂ ਹੀ ਬਣੂੰਗਾ। ਕਿਉਂ? ਬੰਦੇ ਮਰ ਗਏ ਇੱਥੇ, ਮੁੱਕ ਗਏ ਨੇ। ਜਲਾਲਾਬਾਦ ਜੇ ਲੜਾਉਂਦਾ ਕਿਸੇ ਅਣਖੀ ਯੋਧੇ ਨੂੰ, ਬੇਰੁਜ਼ਗਾਰ ਨੂੰ, ਮੈਂ ਕਹਿੰਦਾ ਲੋਕ ਤਰਸ ਦੇ ਆਧਾਰ 'ਤੇ ਵੀ ਵੋਟ ਪਾ ਦਿੰਦੇ ਵੀ ਨਹੀਂ ਯਾਰ ਮੁੰਡਾ ਇਮਾਨਦਾਰ ਹੈ, ਤੂੰ ਐਮ ਪੀ ਵੀ ਬਣ ਕੇ ਰਹੇਗਾ, ਐਮ ਐਲ ਏ ਵੀ, ਐਂ ਨਹੀਂ ਚੱਲੂਗਾ। ਉਸ ਬੰਦੇ ਦੇ ਹੱਠ ਨੇ ਸੰਗਰੂਰ ਨੂੰ ਅਤੇ ਸਾਡੇ ਪੰਜਾਬ ਨੂੰ ਧੋਖਾ ਦਿੱਤਾ ਅਤੇ ਕ੍ਰਾਂਤੀ ਨੂੰ ਧੋਖਾ ਦਿੱਤਾ।